अस्सलाम वालेकुम खवातीन हज़रात, सखावत नाज़ ऑफिशियल दे विच तुहानू खुश आमदीद। हैलो हैलो जी, अस्सलाम वालेकुम। वालेकुम अस्सलाम। हामिद भाई बोल रहे हो जनाब? जी सर। रिक्शा ड्राइवर जनाब? हाँ जी, रिक्शा ड्राइवर जी। अच्छा अच्छा अच्छा, भाजी तुसी रिक्शा चलांदे हो ना? हाँ जी भाजी। हाँ, तुहाडा नंबर भाजी तुहाडे रिक्शे दे पिछे मैं लिखिया वेख्या सी, ते ओ फिर नंबर मैं उत्थों ले लिया क्योंकि मैनूं जरूरत सी। मैं क्या चलो कितने लोड़ पई ते फिर भाजी नूं फोन करांगे। अच्छा भाजी ने नंबर ते तुसी अपना लिखिया ते नाल नाम लिखण दी कीड़ी लोड़ सी? ਉਹ ਮੈਂ ਕਿਹਾ ਜੀ ਇਹ ਨਾ ਅਗਲਾ ਸਮਝੇ ਕਿ ਖੌਰੇ ਕਿਹਦਾ ਲਿਖਿਆ ਤੇ ਨਾਮ ਲਿਖਣਾ। ਅੱਛਾ ਅੱਛਾ, ਯਾਨੀ ਆਪਣਾ ਰਿਕਸ਼ਾ ਹੋਣ ਦੀ ਤੁਸੀਂ ਗਰੰਟੀ ਦਿੱਤੀ? ਹਾਂਜੀ। ਤੇ ਭਾਏ ਨੇ ਮਤਲਬ ਸਵਾਰੀਆਂ ਢੋਂਦੇ ਪ੍ਰਾਈਵੇਟ ਆਪਣਾ ਚਲਾਉਂਦੇ ਹੋ ਜਾਂ ਕੋਈ ਮਤਲਬ ਕੋਈ ਤੁਸੀਂ ਕਿਸੇ ਦੇ ਕੋਲ ਦਿਹਾੜੀ ਤੇ ਚਲਾਉਂਦੇ ਹੋ? ਨਹੀਂ ਜੀ ਨਹੀਂ, ਅਲਹਮਦੁਲਿਲਾ ਆਪਣਾ ਰਿਕਸ਼ਾ ਹੈ ਭਾਜੀ। ਅੱਛਾ ਮਾਸ਼ਾਅੱਲਾ ਮਾਸ਼ਾਅੱਲਾ, ਮੁਬਾਰਕ ਹੋਵੇ ਜੀ, ਇਸ ਤੌਰ 'ਚ ਆਪਣਾ ਰਿਕਸ਼ਾ ਹੋਣਾ ਬੜੀ ਗੱਲ ਹੈ। ਅੱਛਾ ਤੇ ਭਾਏ ਨੇ ਤੁਸੀਂ ਈਜ਼ੀ ਹੋ ਨਾ ਮਤਲਬ ਗੱਲ ਕਰਨੀ ਤੁਹਾਡੇ ਨਾਲ ਕੋਈ, ਨਾਲੇ ਪੱਕਾ ਰਿਕਸ਼ਾ ਚਾਹੀਦਾ ਸਾਨੂੰ ਜੀ। ਪੱਕਾ ਹੈ ਰਿਕਸ਼ਾ? ਬਿਲਕੁਲ ਸਰ। ਉਹ ਤਾਂ ਪੱਕਾ ਹੀ ਹੁੰਦਾ ਭਾਈ ਨੂੰ ਮੈਂ ਕਹਿੰਦਾ ਕਿ ਇਹ ਮਤਲਬ ਬੱਚੇ ਸਕੂਲੋਂ ਲਿਆਉਣੇ ਨੇ ਤੇ ਸਕੂਲ ਛੱਡਣ ਜਾਣਾ, ਇਸ ਤਰ੍ਹਾਂ ਮੈਂ ਪੱਕਿਆ ਕਹਿੰਦਾ ਪੱਕਾ ਰੱਖਣਾ ਰਿਕਸ਼ਾ? ਜੀ ਜੀ, ਮੈਂ ਬਿਲਕੁਲ ਸਰ, ਅੱਗੇ ਵੀ ਕੰਮ ਮੈਂ ਕਰਦਾ ਰਿਹਾ ਜੀ ਰਿਕਸ਼ੇ ਦਾ। ਅੱਛਾ। ਹਾਂਜੀ, ਬੱਚੇ ਸਕੂਲੋਂ ਮੈਂ ਲਿਆਉਂਦਾ ਵੀ ਰਿਹਾ, ਛੱਡ ਕੇ ਵੀ ਆਉਂਦਾ ਰਿਹਾ ਜੀ। ਕਿਹਨਾਂ ਦੇ ਬੱਚੇ ਮਤਲਬ? ਉਹ ਕੈਪਟਨ ਸਾਹਿਬ ਸੀ ਆਪਣਾ ਜੀ, ਕੈਪਟਨ ਸਾਹਿਬ ਨੇ, ਉਹਨਾਂ ਦੇ ਘਰੋਂ ਮੈਂ ਬੱਚੇ ਲੈ ਕੇ ਜਾਂਦਾ ਸੀ ਔਰ ਸਕੂਲ ਛੱਡਦਾ ਸੀ ਫਿਰ ਘਰ ਲੈ ਕੇ ਆਉਂਦਾ ਸੀ। ਅੱਛਾ ਅੱਛਾ ਅੱਛਾ, ਇਹਦਾ ਮਤਲਬ ਤੁਸੀਂ ਤਜਰਬਾਕਾਰ ਹੋ, ਸਮਝਦਾਰ ਹੋ। ਜੀ ਜੀ, ਬਸ ਭਾਇਆ ਨੇ ਇਹੋ ਜਿਹਾ ਕਿਉਂਕਿ ਸਕੂਲ ਦੀ ਹੁੰਦੀ ਹੈ ਜ਼ਿੰਮੇਵਾਰੀ, ਤੁਹਾਨੂੰ ਪਤਾ ਕਿ ਉਹ ਬੱਚਿਆਂ ਨੂੰ ਟਾਈਮ ਨਾਲ ਪਹੁੰਚਾਉਣਾ, ਟਾਈਮ ਨਾਲ ਉੱਥੋਂ ਲੈ ਕੇ ਆਉਣਾ, ਅਤੇ ਉਹ ਬੜਾ ਜ਼ਿੰਮੇਵਾਰੀ ਦਾ ਕੰਮ ਹੈ। ਬੇਫਿਕਰ ਹੋ ਜਾਓ ਭਾਅ ਜੀ, ਅਸੀਂ ਜ਼ਿੰਮੇਵਾਰੀ ਨਾਲ ਕੰਮ ਕਰੀਦਾ, ਕਦੀ ਅਸੀਂ ਲਾਪਰਵਾਹੀ ਨਹੀਂ ਕੀਤੀ। ਅਤੇ ਭਾਅ ਜੀ ਪੈਸੇ ਕਿੰਨੇ ਮਤਲਬ ਮਹੀਨਾ ਹੁੰਦਾ ਹੈ ਤੁਹਾਡਾ? ਦੇਖੋ ਜੀ, ਆਪਣਾ ਮੈਂ ਉੱਧਰ ਕੈਪਟਨ ਸਾਹਿਬ ਦੇ ਕੋਲੋਂ ਲੈਂਦਾ ਸੀ 15,000 ਰੁਪਇਆ ਮਹੀਨਾ ਸਰ। ਅੱਛਾ, ਤੇ ਬੱਚੇ ਉਹਨਾਂ ਦੇ ਕਿੰਨੇ ਸਨ ਜਨਾਬ? ਉਹਨਾਂ ਦੇ 2 ਬੱਚੇ ਸੀ। ਅੱਛਾ ਅੱਛਾ ਅੱਛਾ, ਵੈਰੀ ਗੁੱਡ ਵੈਰੀ ਗੁੱਡ। ਤੇ ਠੀਕ ਹੈ ਭਾਅ ਨੂੰ, ਤੇ ਕੈਪਟਨ ਸਾਹਿਬ ਸਾਨੂੰ ਵੱਡੇ ਲੋਕ ਨੇ, ਤੁਹਾਨੂੰ ਪਤਾ ਮੈਂ ਥੋੜ੍ਹਾ ਜਿਹਾ ਭਾਅ ਜੀ ਮਤਲਬ ਕਲਰਕ ਟਾਈਪ ਆਦਮੀ ਹੈ, ਅਤੇ ਪੈਸੇ ਥੋੜ੍ਹੇ ਤਨਖਾਹ ਮਿਲਦੀ ਹੈ, ਤੁਹਾਨੂੰ ਪਤਾ ਅੱਜ ਕੱਲ੍ਹ ਜੋ ਕਰੋਨੇ ਦੇ ਹਾਲਾਤ ਵਿੱਚ ਆ ਰਹੇ ਨੇ, ਅਤੇ ਪੈਸੇ ਥੋੜ੍ਹੇ ਜਿਹੇ ਘਟਾ ਲਓ, ਅਤੇ ਮੈਂ ਤੁਹਾਡਾ ਮਿਹਰਬਾਨੀ ਮੇਰੇ 'ਤੇ ਅਗਰ ਹੋ ਜਾਵੇ ਤਾਂ ਫਿਰ ਆਪ ਸਾਡਾ ਸੌਦਾ ਬਣ ਸਕਦਾ ਜਨਾਬ। ਤੁਸੀਂ ਦੱਸੋ ਭਾਅ ਜੀ, ਜਿਵੇਂ ਕਹੋਗੇ ਪਿਆਰ ਮੁਹੱਬਤ ਕਰ ਲਾਂਗੇ। ਤੁਸੀਂ ਭਾਅ ਜੀ ਉੱਥੋਂ 15,000 ਲੈਂਦੇ ਸੀ, ਮੈਂ ਤੁਹਾਨੂੰ ਭਾਅ ਜੀ 11,000 ਰੁਪਇਆ ਅਗਰ ਦੇ ਦੇਵਾਂ ਤਾਂ ਮੁਨਾਸਬ ਹੈ? ਨਹੀਂ ਭਾਅ ਜੀ, 11,000 ਤਾਂ ਥੋੜ੍ਹਾ ਹੈਗਾ, ਤੁਸੀਂ ਥੋੜ੍ਹਾ ਜਿਹਾ ਪਿਆਰ ਮੁਹੱਬਤ ਤੁਸੀਂ ਕਰੋ, ਕੋਈ ਥੋੜ੍ਹਾ ਜਿਹਾ ਕੋਈ ਲੈਣ ਦੇਣ ਵਾਲੀ ਗੱਲ ਕਰਨੀ। ਚਲੋ ਭਾਅ ਜੀ ਨੂੰ ਵੇਖੋ, 12,000 ਰੁਪਇਆ ਤੁਸੀਂ ਕਰ ਲਓ, 7 ਬੱਚੇ ਨੇ, ਅਤੇ ਉਹਨਾਂ ਨੂੰ ਤੁਸੀਂ ਸਕੂਲ ਛੱਡਣਾ ਅਤੇ ਸਕੂਲੋਂ ਲੈ ਕੇ ਆਉਣਾ ਜੀ। ਕਿੰਨੇ ਬੱਚੇ ਨੇ ਜੀ? ਸੱਤ ਭਾਅ ਜੀ। ਨਹੀਂ ਭਾਅ ਜੀ, ਫਿਰ 11,000 ਰੁਪਇਆ ਤਾਂ ਥੋੜ੍ਹਾ ਹੈ ਫਿਰ। ਭਾਅ ਜੀ ਤੁਹਾਡਾ ਤਾਂ ਇੱਕੋ ਹੀ ਫੇਰਾ ਲੱਗਣਾ, ਤੁਸੀਂ ਕਿਹੜਾ ਵੀ ਹਰ ਬੱਚੇ ਨੂੰ ਲਹਿਦਾ ਲੈ ਕੇ ਜਾਣਾ? ਨਹੀਂ ਭਾਅ ਜੀ, ਦੇਖੋ ਨਾ, 7 ਬੱਚੇ ਨੇ, ਨਾਲ 7 ਬਸਤੇ ਵੀ ਤਾਂ ਆਏ ਨੇ ਨਾ। ਬਸਤੇ ਤਾਂ ਬਸਤੇ ਹੋਣੇ ਨੇ ਭਾਅ ਜੀ, ਔਰ ਮੁੰਡੇ ਨੇ ਮਤਲਬ ਹੱਥਾਂ 'ਤੇ ਪੜ੍ਹਨਾ, ਬੱਚਿਆਂ ਨੇ ਬਸਤੇ ਤਾਂ ਹੁੰਦੇ ਹੀ ਨਹੀਂ, ਨਾਲ ਸਕੂਲ 'ਚੋਂ ਜਾਣਾ ਹੋਇਆ। ਤੁਸੀਂ ਇਸ ਤਰ੍ਹਾਂ ਕਰੋ ਨਾ ਭਾਅ ਨੂੰ, ਮਿਹਰਬਾਨੀ ਕਰ ਲਓ, ਅੱਗੇ ਜਾ ਕੇ ਫਿਰ ਮੈਂ ਵਧਾ ਦਿਆਂਗਾ ਜੀ। ਅੱਗੇ ਤੁਸੀਂ ਖਲੋਤੇ ਹੋਵੋਗੇ ਕਿਤੇ? ਨਹੀਂ, ਮੈਂ ਕਿਉਂ ਖਲੋਤੇ ਹੋਣਾ ਜਨਾਬ? ਮਤਲਬ ਇਹ ਵੀ ਕਿ ਮੈਂ ਕਿਹੜਾ ਟ੍ਰੈਫਿਕ ਵਾਲਾ ਵੀ ਮੈਂ ਉੱਥੇ ਖਲੋਤੇ ਹੋਣਾ? ਤੁਸੀਂ ਇਸ ਤਰ੍ਹਾਂ ਕਰੋ ਨਾ ਭਾਅ ਨੂੰ ਕਿ ਆਪਣਾ 12,000 ਠੀਕ ਹੈ, ਮੁਨਾਸਬ ਹੈ ਮੇਰੇ। ਚਲੋ ਜੀ, ਮਿਹਰਬਾਨੀ, ਠੀਕ ਹੈ ਜੀ, 12,000 ਡਨ ਹੋ ਗਿਆ। ਹਾਂ ਚਲੋ, ਅੱਗੇ ਮਤਲਬ 2-3 ਮਹੀਨੇ ਬਾਅਦ ਮੈਂ ਤੁਹਾਨੂੰ ਕਹਿਣ ਦਾ ਮਤਲਬ ਸੀ ਕਿ ਮੈਂ ਵਧਾ ਦਿਆਂਗਾ ਪੈਸੇ ਤੁਹਾਡੇ। ਠੀਕ ਹੈ ਭਾਅ ਨੂੰ, ਤੁਸੀਂ ਇਸ ਤਰ੍ਹਾਂ ਕਰੋ ਕਿ ਮਤਲਬ ਸੁਬਾਹ ਤੁਸੀਂ ਬੱਚੇ ਜਦੋਂ ਸਕੂਲ ਛੱਡਣ ਜਾਣਾ ਹੈ, ਹਾਂਜੀ, ਤੇ ਰਿਕਸ਼ਾ ਫਿਰ ਉੱਥੇ ਖੜਾ ਰਹਿੰਦਾ ਜਾਂ ਫਿਰ ਤੁਸੀਂ ਨਿਕਲ ਜਾਓਗੇ? ਨਹੀਂ ਜੀ, ਰਿਕਸ਼ਾ ਉੱਥੇ ਕਾਹਦੇ ਲਈ ਖਲੋਤਾ ਰਹਿੰਦਾ, ਮੈਂ ਆਪਣਾ ਕਾਰੋਬਾਰ ਕਰਾਂਗਾ, ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਤੁਹਾਡੇ ਬੱਚਿਆਂ ਦਾ ਜਦੋਂ ਸਕੂਲ ਨੂੰ ਛੁੱਟੀ ਹੋਏਗੀ ਤਾਂ ਮੈਂ ਉਹਨਾਂ ਨੂੰ ਲੈ ਕੇ ਘਰ ਆ ਜਾਂਗਾ। ਉਹ ਭਾਅ ਜੀ ਇਹ ਨਾ ਹੋਵੇ ਮਤਲਬ ਟ੍ਰੈਫਿਕ ਲਾਹੌਰ ਦੀ, ਤਾਂ ਤੁਹਾਨੂੰ ਪਤਾ ਹੀ ਹੈ ਕਿ ਛੁੱਟੀ ਹੋ ਜੇ ਤੁਸੀਂ ਟ੍ਰੈਫਿਕ 'ਚ ਫਸੇ ਰਹੋ, ਬੱਚੇ ਲੇਟ ਹੋ ਜਾਣ ਤਾਂ ਫਿਰ ਇਹ ਅੱਛੀ ਗੱਲ ਨਹੀਂ ਹੈਗੀ। ਇਹ ਭਾਅ ਜੀ ਮੇਰਾ ਜ਼ਿੰਦਗੀ ਦਾ ਅਸੂਲ ਹੈ, ਮੈਂ ਕੋਈ ਨਵਾਂ ਨਹੀਂ ਹੈ ਕੰਮ ਕਰ ਰਿਹਾ, ਮੈਂ ਜਿਹੜੇ ਬੱਚੇ ਚੁੱਕਦਾ ਨਾ ਸਕੂਲੋਂ ਤਾਂ ਤੁਹਾਡੇ 'ਤੇ ਪਰਚਾ ਹੋ ਜਾਂਦਾ? ਉਹ ਨਹੀਂ ਨਹੀਂ ਭਾਅ ਜੀ, ਪਰਚਾ ਨਹੀਂ। ਅੱਛਾ, ਚੁੱਕਦੇ ਬੱਚੇ ਨੂੰ ਮਤਲਬ? ਮੈਂ ਮਤਲਬ ਕਿ ਉੱਥੋਂ ਉਹਨਾਂ ਨੂੰ ਜਦੋਂ ਲੈਣਾ ਬੱਚਿਆਂ ਨੂੰ ਤਾਂ ਫਿਰ ਮੈਂ 1 ਘੰਟਾ ਪਹਿਲਾਂ ਮੈਂ ਸਕੂਲ ਦੇ ਅੱਗੇ ਆਣ ਕੇ ਖਲੋ ਜਾਂਦਾ ਹੁੰਦਾ। ਅੱਛਾ ਅੱਛਾ ਅੱਛਾ, ਇਹ ਵੇਖੋ, ਇਹ ਅੱਛੀ ਗੱਲ ਹੈ, ਅੱਛੀ ਗੱਲ। ਅਤੇ ਇੱਕ ਭਾਅ ਨੂੰ ਛੋਟਾ ਜਿਹਾ ਕੰਮ ਤੁਸੀਂ ਹੋਰ ਕਰਨਾ ਜੀ ਜੀ, ਤੁਸੀਂ ਇਸ ਤਰ੍ਹਾਂ ਕਰਨਾ ਭਾਅ ਨੂੰ, ਬੱਚੇ ਸਕੂਲ ਛੱਡ ਕੇ ਨਾ ਤੁਸੀਂ, ਅਤੇ ਮੁਗਲਪੁਰਾ ਵੇਖਿਆ ਨਾ ਤੁਸੀਂ, ਮੁਗਲਪੁਰਾ? ਹਾਂਜੀ ਹਾਂਜੀ। ਉੱਥੋਂ ਮੇਰੀ ਫੁੱਫੀ ਨੂੰ ਤੁਸੀਂ ਲੈਣਾ, ਉਹਨਾਂ ਨੂੰ ਲੈ ਕੇ ਅਤੇ ਸਾਂਦੇ ਲਾਉਣਾ। ਸਾਂਦੇ ਕਿੱਥੇ ਲਾਉਣਾ ਜੀ? ਸਾਂਦੇ, ਕੱਚਾ ਸਾਂਦਾ ਨਹੀਂ ਹੈਗਾ? ਅੱਛਾ, ਕੱਚਾ ਸਾਂਦਾ। ਹਾਂ, ਮੁਗਲਪੁਰੇ ਤੋਂ ਲੈ ਕੇ ਉੱਥੇ ਉਹਨਾਂ ਨੂੰ ਲਾ ਕੇ, ਅਤੇ ਮਤਲਬ ਇਹ ਵੀ ਕਿ ਉਹਨਾਂ ਦੀ ਲੱਤ ਖਰਾਬ ਹੈ, ਤਬੀਅਤ ਥੋੜ੍ਹੀ ਜਿਹੀ ਡਿਸਟਰਬ ਰਹਿੰਦੀ ਹੈ, ਚਲੋ ਤੁਸੀਂ ਉੱਥੇ ਉਹਨਾਂ ਨੂੰ ਛੱਡ ਦਿਓਗੇ ਨਾ ਤਾਂ ਭਲਾ ਵੀ ਹੋ ਜਾਏਗਾ ਅਤੇ ਨੇਕੀ ਵੀ ਹੋ ਜਾਏਗੀ। ਕੋਈ ਨਹੀਂ ਜੀ, ਕੋਈ ਨਹੀਂ, ਤੁਹਾਡੀ ਫੁੱਫੀ ਹੋ, ਸਾਡੀ ਫੁੱਫੀ ਹੈ, ਆ ਖੈਰ ਹੋਵੇ ਮੇਰੇ ਭਾਅ ਜੀ ਦੀ, ਇਹੀ ਗੱਲ ਹੈ। ਉਸ ਤੋਂ ਬਾਅਦ ਨਾ ਤੁਸੀਂ ਮੇਰੇ ਤਾਏ ਨੂੰ ਲੈਣਾ ਘਰੋਂ, ਜਿੱਥੋਂ ਬੱਚੇ ਚੁੱਕੇ ਨਾ ਤੁਸੀਂ ਜੀ, ਹਾਂਜੀ, ਸਕੂਲ ਵਾਸਤੇ, ਉੱਥੋਂ ਤਾਏ ਨੂੰ ਲੈ ਕੇ ਤਾਂ ਇੱਛਰੇ ਵਾਲੀ ਨਹਿਰ ਨਹੀਂ ਹੈਗੀ। ਹਾਂਜੀ, ਇੱਥੇ ਜਨਾਬ ਉਹਨਾਂ ਨੂੰ ਨਹਾਉਣਾ ਘੰਟਾ 2 ਘੰਟੇ। ਇਹ ਭਾਅ ਜੀ 12,000 'ਚ ਹੀ ਸਾਰਾ ਕੁਛ? ਹਾਂਜੀ ਭਾਅ ਨੂੰ 12,000 'ਚ ਕਰਨਾ ਪੈਣਾ, ਕਿਉਂਕਿ ਤਾਏ
ਹੈ ਮੇਰੇ ਨੂੰ ਸ਼ੌਕ ਹੈ ਨਹਿਰ 'ਚ ਨਹਾਉਣ ਦਾ ਅਤੇ ਸੁਬਹਾ ਤੁਸੀਂ ਉਹਨਾਂ ਨੂੰ ਆ ਗਏ ਅਤੇ ਹੋ ਸਕਦਾ ਤਾਂ ਸਾਬਣ ਸੁਬਣ ਵੀ ਆਪ ਲਾ ਦਿਆ ਕਰੋ ਬਜ਼ੁਰਗ ਆਦਮੀ ਨੇ ਚਲੋ ਇਹ ਵੀ ਨੇਕੀ ਦਾ ਹੀ ਕੰਮ ਹੈ ਇਹ ਭਾਅ ਜੀ ਸਾਰਾ ਟੱਬਰ ਤੁਹਾਡਾ ਕਦੀ ਬੈਠਾ ਨਹੀਂ ਰਕਸ਼ਾ ਜੀ ਤੁਸੀਂ ਸਾਰਿਆਂ ਨੂੰ ਬਿਠਾਈ ਜਾ ਰਹੇ ਹੋ ਬੈਠਾ ਤਾਂ ਹੁੰਦਾ ਮਤਲਬ ਕਿ ਚਲੋ ਤੁਸੀਂ ਵਿਹਲੇ ਤਾਂ ਹੋਣਾ ਹੀ ਹੈ ਮਤਲਬ ਘੰਟਾ ਪਹਿਲੇ ਜੋ ਸਕੂਲ ਅੱਗੇ ਆ ਕੇ ਖਲੋ ਜਾਣਾ ਅਤੇ ਇਹਦੇ ਵਿੱਚ ਨੇਕੀ ਦਾ ਕੰਮ ਹੋ ਜਾਏਗਾ ਤਾਂ ਇਹਨੂੰ ਤੁਸੀਂ ਉੱਥੇ ਨਹਾ ਦਿਓਗੇ ਨਹਿਰ 'ਤੇ ਅਤੇ ਟਿਊਬ ਉਹਦੇ ਕੋਲ ਆਪਣੀ ਹੁੰਦੀ ਉਹ ਤੁਹਾਨੂੰ ਪਰੇਸ਼ਾਨੀ ਨਹੀਂ ਹੋਣੀ ਉਹਦੇ ਉੱਤੇ ਬਹਿ ਕੇ ਉਹਨੇ ਨਹਾਈ ਜਾਣਾ ਅਤੇ ਜੇ ਟਿਊਬ ਨਾ ਹੋਵੇ ਤਾਂ ਸਲਵਾਰ 'ਚ ਹਵਾ ਭਰ ਕੇ ਵੀ ਨਹਾ ਲੈਂਦਾ ਭਾਅ ਜੀ ਇਹ ਭਾਅ ਜੀ ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ ਕਿ ਸੀਰੀਅਸ ਹੋ ਤੁਸੀਂ ਮੈਂ ਸਹੀ ਗੱਲ ਕਰ ਰਿਹਾ ਭਾਅ ਨਾ ਮੈਂ ਤੁਹਾਨੂੰ 5-7 ਮਹੀਨੇ ਦਾ ਐਡਵਾਂਸ ਦੇ ਦੇਣਾ ਮਤਲਬ ਕਿ ਇਕੱਠੇ ਪੈਸੇ ਮੈਂ ਤੁਹਾਨੂੰ ਦੇ ਦਿਆਂ ਅੱਲਾ ਤੁਹਾਡੇ ਬੱਚਿਆਂ ਦੀ ਖੈਰ ਕਰੇ ਜਿਉਂਦੇ ਰਹੋ ਭਾਅ ਜੀ ਹਾਂ ਕੋਈ ਨਹੀਂ ਤਾਇਆ ਵੀ ਸਾਡਾ ਵੀ ਤਾਇਆ ਬਜ਼ੁਰਗ ਨੇ ਉਹ ਕੋਈ ਗੱਲ ਬੜੀ ਮਿਹਰਬਾਨੀ ਅਤੇ ਤੁਹਾਨੂੰ ਪਤਾ ਭਾਅ ਜੀ ਘਰ ਕੋਈ ਬੱਕਰੇ ਸ਼ਕਰੇ ਰੱਖੇ ਅਸੀਂ ਮੱਝਾਂ ਮੁੱਝਾਂ ਵੀ ਹੈ ਨੇ ਤੁਸੀਂ ਇਸ ਤਰ੍ਹਾਂ ਕਰਨਾ ਅਤੇ ਉਹ ਤਾਇਆ ਨੂੰ ਨਹਿਰ 'ਤੇ ਲਾ ਕੇ ਨਾ ਜਨਾਬ ਉਹ ਤੋਂ ਤੁਸੀਂ ਪੱਠੇ 10 ਕਿਲੋ ਪੱਠੇ ਨਾ ਰੋਜ਼ ਲੱਦ ਕੇ ਰਿਕਸ਼ੇ 'ਚ ਅਤੇ ਉਹ ਤੁਸੀਂ ਘਰ ਪਹੁੰਚਾ ਦੇਣੇ ਨੇ ਇਹ ਮੈਂ ਪੱਠੇ ਰਿਕਸ਼ੇ 'ਚ ਲੈ ਕੇ ਆਉਣੇ ਨੇ ਹਾਂਜੀ ਭਾਅ ਜੀ ਰਿਕਸ਼ਾ 'ਚ ਤੁਹਾਡੇ ਕੋਲ ਮੋਢੇ 'ਤੇ ਲਿਆਉਂਦੇ ਚੰਗੇ ਲੱਗੋਗੇ ਤੁਸੀਂ ਭਾਅ ਜੀ ਤੁਸੀਂ ਕਿਸੇ ਟਰਾਲੀ ਵਾਲੇ ਨੂੰ ਫੋਨ ਕਰੋ ਤੁਸੀਂ ਰਿਕਸ਼ੇ ਦੇ ਵਿੱਚ ਮੈਂ 10 ਕਿਲੋ ਪੱਠੇ ਕੀ ਮਤਲਬ 10 ਨੇ ਚਲੋ 15 ਕਰ ਲਓ 15 ਮਤਲਬ ਫਿਰ ਇੱਕੋ ਹੀ ਲੱਗਣਾ ਫਿਰ ਇਕੱਠੇ ਹੋ ਜਾਣਗੇ ਉਹ ਭਾਅ ਜੀ ਮੇਰੇ ਕੋਲ ਚਿੰਗਚੀ ਰਿਕਸ਼ਾ ਨਹੀਂ ਮੇਰੇ ਕੋਲ ਇਹ ਬੰਦ ਰਿਕਸ਼ਾ ਹੈਗਾ ਇਹ ਦਰਵਾਜ਼ਿਆਂ ਵਾਲਾ ਨਹੀਂ ਬੰਦ ਰਿਕਸ਼ਾ ਹੀ ਹੁੰਦਾ ਭਾਅ ਜੀ ਉਹਦੇ ਵਿੱਚ ਪਤਾ ਕੀ ਹਿਸਾਬ ਹੋ ਜਾਂਦਾ ਬੰਦਾ ਬੰਦ ਹੋਵੇ ਖੁੱਲ੍ਹਾ ਹੋਵੇ ਰਿਕਸ਼ਾ ਤਾਂ ਰਿਕਸ਼ਾ ਹੀ ਹੁੰਦਾ ਉਹ 'ਚ ਤੁਸੀਂ ਪੱਠੇ ਲੱਦਣੇ ਲੈ ਕੇ ਸਿੱਧੇ ਤੁਸੀਂ ਉੱਥੇ ਪਹੁੰਚ ਜਾਣਾ ਚਲੋ ਮੈਂ ਪੱਠੇ ਵੀ ਲੈ ਆਵਾਂਗਾ ਹੋਰ ਦੱਸੋ ਹਾਂ ਤੁਹਾਡੀ ਖੈਰ ਹੋਵੇ ਬੜੀ ਮਿਹਰਬਾਨੀ ਇਸ ਤੋਂ ਇਲਾਵਾ ਭਾਅ ਜੀ ਤੁਸੀਂ ਹੁਣ ਵੇਖੋ ਨਾ ਇਹ ਸਾਰਾ ਕੰਮ ਕਰਦੇ ਤੁਹਾਨੂੰ ਟਾਈਮ ਹੋ ਜਾਣਾ ਬੱਚਿਆਂ ਨੂੰ ਸਕੂਲ ਲੈਣ ਦਾ ਹਾਂਜੀ ਹਾਂਜੀ ਸਕੂਲੋਂ ਬੱਚੇ ਲੈ ਕੇ ਤੁਸੀਂ ਘਰ ਲਾਉਣੇ ਨੇ ਘਰ ਬੱਚੇ ਲਾ ਕੇ ਤੁਸੀਂ ਉੱਥੇ ਰਿਕਸ਼ਾ ਖੜਾ ਕਰਕੇ ਚਾਹ ਸ਼ਾਹ ਵੀ ਘਰੋਂ ਪੀ ਸਕਦੇ ਮਿਹਰਬਾਨੀ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਕਰਨਾ ਵੀ ਮੇਰੀ ਹੈ ਨਾ ਉਹ ਜਿਹੜੀ ਫੁੱਫੀ ਉੱਥੇ ਛੱਡ ਕੇ ਸਾਂਦੇ ਉਹਨੂੰ ਤੁਸੀਂ ਲੈ ਆਉਣਾ ਜਾ ਕੇ ਸਾਂਦੇ ਹੋ ਫਿਰ ਉਹਨਾਂ ਨੂੰ ਲੈ ਕੇ ਆਉਣਾ ਆਹੋ ਜ਼ਾਹਰ ਛੱਡ ਕੇ ਆਏ ਤਾਂ ਲੈ ਕੇ ਵੀ ਤੇ ਆਓਗੇ ਨਾ ਭਾਅ ਜੀ ਅਤੇ ਫੁੱਫੀ ਕੀ ਮਤਲਬ ਇੱਕ ਜਗ੍ਹਾ ਕਿਉਂ ਨਹੀਂ ਬੈਰੀ ਫੁੱਫੀ ਮਤਲਬ ਕੀ ਮਤਲਬ ਇੱਕ ਜਗ੍ਹਾ ਕਿਉਂ ਨਹੀਂ ਬੈਠਾ ਆਹੋ ਭਾਅ ਜੀ ਤੁਸੀਂ ਪਹਿਲਾਂ ਪੱਠਿਆਂ ਦਾ ਕਹਿ ਤਾ ਹੁਣ ਮੈਂ ਫੁੱਫੀ ਨੂੰ ਵੀ ਵਾਪਸ ਲੈ ਕੇ ਆਵਾਂ ਮੈਂ ਸਾਰੀ ਦਿਹਾੜੀ ਤੁਹਾਡੀ ਗੁਲਾਮੀ ਕਰਨੀ ਹੈ ਮੈਨੂੰ ਇਹ ਚਲੋ ਤੁਸੀਂ ਫੁੱਫੀ ਨੂੰ ਉੱਥੇ ਰਹਿਣ ਦਿਓ ਤੁਸੀਂ ਦੋ ਬੱਕਰੇ ਨਾ ਬੱਕਰੇ ਲੱਦ ਕੇ ਦਿਓ ਇਹ ਮੇਰੇ ਕੋਲ ਉੱਥੇ ਸਟੋਰ 'ਤੇ ਪਹੁੰਚਾ ਦੇਣੇ ਤਾਂ ਕਿ ਮੈਂ ਧੁੱਪੇ ਬੰਨ ਦਿੰਦਾ ਉਹਨੂੰ ਉਹ ਫਿਰ ਬਾਹਰ ਬੱਜੇ ਰਹਿੰਦੇ ਨੇ ਸ਼ਾਮ ਨੂੰ ਫਿਰ ਮੈਂ ਉਹਨਾਂ ਨੂੰ ਨਾਲ ਲੈ ਜਾਂਦਾ ਬੱਕਰੇ ਤੁਸੀਂ ਮੇਰੀ ਗੱਲ ਸੁਣੋ ਜ਼ਿੰਦਾ ਬੱਕਰੇ ਨਹੀਂ ਫਿਰ ਮੈਂ ਉਹਨਾਂ ਦੇ ਟੋਟੇ ਕਰਵਾ ਕੇ ਅਤੇ ਪਿੱਛੇ ਰੱਖ ਲਵਾਂਗਾ ਤੋੜੇ 'ਚ ਪਾ ਉਹਨੇ ਟੋਟੇ ਕਿਉਂ ਕਰਵਾਉਣੇ ਭਾਅ ਜੀ ਇਹ ਕੀ ਗੱਲ ਕਰਨ ਡੇ ਤੁਸੀਂ ਤੁਹਾਨੂੰ ਪੈਸੇ ਦੇਣੇ ਨੇ ਤੁਸੀਂ ਆਪਣਾ ਕੰਮ ਕਰੋ ਉਹ ਭਾਅ ਜੀ ਪੈਸੇ ਮੈਂ ਸਾਰੀ ਉਮਰ ਹੁਣ ਤੁਹਾਡਾ ਹੀ ਕੰਮ ਕਰੀ ਜਾਣਾ ਉਹ ਸਾਰੀ ਉਮਰ ਕਿਹੜਾ ਇੱਕ ਦਿਹਾੜੀ ਦਾ ਕੰਮ ਹੈ ਭਾਅ ਜੀ 2 ਘੰਟੇ ਵੀ ਨਹੀਂ ਲੱਗੇ ਤੁਹਾਨੂੰ ਸੁਬਹਾ ਬੱਚੇ 9 ਵਜੇ ਬੱਚੇ ਤੁਸੀਂ ਲੈ ਦੇ ਅੱਗੋ ਦਿਹਾੜੀ ਕਿਹੜੀ ਪੈ ਗਈ ਵਿੱਚ ਯਾਨੀ ਮੈਂ ਪਹਿਲਾਂ ਪੱਠੇ ਰੱਖਾਂ ਫਿਰ ਮੈਂ ਉਹਨੂੰ ਰਕਸ਼ੇ ਨੂੰ ਧੋਵਾਂ ਫਿਰ ਮੈਂ ਵਿੱਚ ਲੇਲੇ ਲੱਦ ਲਵਾਂ ਫਿਰ ਮੈਂ ਰਕਸ਼ਾ ਧੋਵਾਂ ਪਹਿਲਾਂ ਫੁੱਫੀ ਲੱਦਣੀ ਉਹ ਫੁੱਫੀ ਨੂੰ ਰਹਿਣ ਦਿਓ ਨਾ ਤੁਸੀਂ ਛੱਡ ਦਿਓ ਇਸ ਗੱਲ ਉਹ ਤੇ ਪਹਿਲੇ ਲਾ ਕੇ ਆਉਣਾ ਨਾ ਜਲਾਬ ਉਸ ਤੋਂ ਬਾਅਦ ਤਾਏ ਨੂੰ ਨਹਾਉਣਾ ਤੁਸੀਂ ਉਹ ਯਾਰ ਮੇਰੀ ਗੱਲ ਸੁਣ ਭਰਾਵਾ ਤੂੰ ਜਿਹੜਾ ਵੀ ਹੈਗਾ ਕਲਰ ਰੱਖ ਕੇ ਛਲਾ ਰੱਖ ਜੋ ਵੀ ਹੈ ਨਾ ਤੂੰ ਹਾਂਜੀ ਅਗਰ ਤੇ ਮੇਰੇ ਕੋਲੋਂ ਕੰਮ ਲੈਣਾ ਤੇ ਮੈਨੂੰ ਕੋਈ ਬੰਦੇ ਦੇ ਪੁੱਤਰਾਂ ਵਾਲਾ ਕੰਮ ਲੈ ਮੇਰੇ ਕੋਲੋਂ ਤੇ ਬੰਦੇ ਦੇ ਪੁੱਤਰਾਂ ਵਾਲਾ ਹੀ ਇਹ ਮੈਂ ਤੁਹਾਨੂੰ ਕੋਈ ਲਹਿਦਾ ਕੰਮ ਦੱਸਣ ਦੇ ਸਾਰੇ ਰਿਕਸ਼ੇ ਵਾਲੇ ਕਰਦੇ ਨੇ ਇਸੇ ਤਰ੍ਹਾਂ ਉਹ ਯਾਰ ਮੈਂ ਉਹ ਰਿਕਸ਼ੇ ਵਾਲਾ ਨਹੀਂ ਹੈਗਾ ਭਰਾਵਾ ਤੇਰੀ ਮਿਹਰਬਾਨੀ ਹੈ ਤੁਸੀਂ ਕੀ ਮੌਤ ਦੇ ਖੂਹ 'ਚ ਰਿਕਸ਼ਾ ਚਲਾਉਂਦੇ ਵੀ ਤੁਹਾਡਾ ਲਹਿਦਾ ਰਿਕਸ਼ਾ ਕੋਈ ਮੇਰੀ ਗੱਲ ਸੁਣ ਮੇਰੇ ਦਾਦਾ ਦੇ ਅੱਬੂ ਫੌਤ ਹੋਏ ਨੇ ਮੈਨੂੰ ਮਜ਼ਾਕ ਨਾ ਕਰ ਯਾਰ ਅੱਬੂ ਫੌਤ ਅੱਗੇ ਸੈਡ ਹੈਗਾ ਮੈਂ ਇਹ 'ਚ ਮੇਰਾ ਕੀ ਕਸੂਰ ਅੱਬੂ ਫੌਤ ਹੋਏ ਤੇ ਤੂੰ ਦੰਦ ਕੱਢਣ ਡਿਆ ਅੱਗੋਂ ਮੇਰੇ ਅੱਬੂ ਫੌਤ ਹੋਏ ਯਾਰ ਦੰਦ ਕੱਢਣ ਵਾਲੀ ਕਿਹੜੀ ਗੱਲ ਤੁਹਾਨੂੰ ਪੈਸੇ ਨਹੀਂ ਦੇਣੇ ਅਸੀਂ 12,000 ਦੇ ਵਿੱਚ ਇੰਨੇ ਕੰਮ ਤੁਸੀਂ ਲਈ ਜਾ ਰਹੇ ਹੋ ਕੱਲ ਨੂੰ ਮੈਨੂੰ ਕਹੋਗੇ ਤੂੰ ਟਾਈਮ ਸਿਰ ਆ ਜੀ ਮੇਰੇ ਘਰ ਦੇ ਬਰਤਨ ਵੀ ਧੋਣੇ ਨੇ ਆ ਦਿਓ 2-4 ਧੋ ਦਿਓਗੇ ਤਾਂ ਕਿਹੜੀ ਗੱਲ ਆਪਣੇ ਘਰ ਨਹੀਂ ਧੋਂਦੇ ਤੁਸੀਂ ਯਾਰ ਹੁਣ ਅਸਲ ਮੁੱਦੇ ਤੇ ਆ ਮੇਰਾ ਭਰਾ ਕਰਨਾ ਅਸਲ ਮੁੱਦਾ ਇਹ ਵੇ ਕਿ ਭਾਜੀ ਇਹ ਜਿਹੜੇ ਕੰਮ ਤੁਹਾਨੂੰ ਦੱਸੇ ਨੇ ਇਹ ਕਰਨੇ ਨੇ ਲੇਲੇ ਤੁਸੀਂ ਲਿਆ ਕੇ ਉੱਥੇ ਮੇਰੇ ਕੋਲ ਸਟੋਰ ਤੇ ਛੱਡ ਦੇਣੇ ਨੇ ਫੁੱਫੀ ਨੂੰ ਸਾਂਦੇ ਛੱਡਣਾ ਸਾਂਦੇ ਲੈ ਕੇ ਘਰ ਆ ਜਾਣਾ ਤੇ ਤਾਇਰ ਨੂੰ ਆ ਕੇ ਨਹਿਰ ਤੋਂ ਉਹ ਹਜੇ ਹਾਲਾ ਤਾਇਰ ਨੂੰ ਵੀ ਨਹਿਰ ਤੋਂ ਚੁੱਕਣਾ ਤੁਸੀਂ ਉਹ ਨਹਾਉਣ ਗਿਆ ਉੱਥੇ ਨਹਾਉਣ ਡਿਆ ਉਹ ਕਿਤੇ ਨਹਾਉਂਦਾ ਹੋਵੇ ਉਹਨੂੰ ਅੱਲਾ ਹੀ ਚੁੱਕ ਲਵੇ ਫਿਰ ਮੈਂ ਤੇ ਇਹੀ ਚਾਹੁੰਦਾ ਓਏ ਆਹੋ ਯਾਰ ਤੂੰ ਮਤਲਬ ਕਿ ਪਹਿਲਾਂ ਤਾਇਆ ਤੇਰਾ ਜੀ ਸਵਿਮਿੰਗ ਕਰ ਲਵੇ ਉਸ ਤੋਂ ਬਾਅਦ ਮੈਂ ਉਹਨੂੰ ਲੈ ਕੇ ਉੱਥੋਂ ਸੁੱਕੇ ਸੁੱਕੇ ਗਿੱਲੇ ਗਿੱਲੇ ਨੂੰ ਮੈਂ ਚੁੱਕ ਕੇ ਉਹਨੂੰ ਘਰ ਲੈ ਕੇ ਆਵਾਂ ਨਹੀਂ ਸੁੱਕੇ ਗਿੱਲੇ ਨੂੰ ਨਹੀਂ ਉਹ ਤੌਲੀਆ ਹੁੰਦਾ ਉਹਨੇ ਤੌਲੀਆ ਮਾਰ ਕੇ ਉਸੇ ਵੇਲੇ ਫਰੈਸ਼ ਹੋ ਜਾਣਾ ਤੇ ਉਹ ਤੌਲੀਆ ਸੁੱਟ ਦੇਣਾ ਜਾਂ ਰਿਕਸ਼ੇ 'ਚ ਰੱਖਣਾ ਨਹੀਂ ਉਹ ਰਿਕਸ਼ੇ 'ਚ ਰੱਖਣਾ ਨਾਲ ਹੀ ਹੋਣਾ ਤੌਲੀਆ ਸਾਰੇ ਬਹੁਤ ਅੱਛੇ ਭਾਅ ਜੀ ਵੈਸੇ ਕੀ ਬਾਤ ਹੈ ਕੀ ਹੋ ਗਿਆ ਯਾਰ ਬਹੁਤ ਅੱਛੇ ਦੀ ਗੇਜ ਕਿਹੜੀ ਗੱਲ ਉਹ ਭਾਅ ਜੀ ਮੇਰੀ ਗੱਲ ਸੁਣੋ ਚਲੋ ਮੈਂ ਤੁਹਾਡਾ ਸਾਰਾ ਕੰਮ ਕਰ ਦਿਆਂਗਾ ਠੀਕ ਹੈ ਤੁਸੀਂ ਮੈਨੂੰ ਆਪਣਾ ਐਡਵਾਂਸ ਕਿੰਨੇ ਮਹੀਨੇ ਦਾ ਦੇ ਐਡਵਾਂਸ ਤੁਹਾਨੂੰ ਮੈਂ ਦਿਆਂਗਾ 7 ਮਹੀਨੇ ਦਾ ਭਾਅ ਜੀ ਅੱਲਾ ਤੁਹਾਡੀ ਜ਼ਿੰਦਗੀ 10,000 12,000 ਦੇ ਨਾਲ ਜਿੰਨੇ
ਇਹ ਤੁਸੀਂ ਰਕਸ਼ੇ ਕੋਲੋਂ ਵੀ ਸਾਰੇ ਕੰਮ ਲਈ ਜਾਣ ਡਏ ਹੋ ਭਾਅ ਜੀ, ਕੱਲ੍ਹ ਨੂੰ ਮੈਨੂੰ ਕਹੋਗੇ ਜੀ ਚੰਨ ਨਾਲ ਪਾ ਲਾ ਵੀ ਉੱਧਰ ਚੰਨ 'ਤੇ ਜਾਣਾ। ਆਹੋ ਤੇ ਚੰਨ ਨਾਲ ਰਿਕਸ਼ਾ ਤਾਂ ਨਹੀਂ ਜਾਂਦਾ ਭਾਅ ਜੀ, ਕੀ ਗੱਲ ਤੁਸੀਂ ਕਰਨ ਡਏ? ਆਹੋ ਜਿਉਂ ਜਿਉਂ ਤੁਸੀਂ ਬੰਦ੾ੇ ਤੁਹਾਡਾ ਪਤਾ ਕੋਈ ਨਹੀਂ ਨਾ ਕਿੱਧਰ ਨੂੰ ਮੁੱਕਾ ਵੀ ਇੱਧਰ ਨੂੰ ਮੋੜ ਲਾਉਣ। ਉਹਨੇ ਮਹਿੰਦੀ ਤਾਂ ਚਲੋ ਵਿਆਹ ਸ਼ਾਦੀਆਂ ਦੇ ਦਿਨ ਹੁੰਦੇ ਨੇ, ਤੁਹਾਨੂੰ ਪਤਾ ਸੀਜ਼ਨ ਹੈ ਮਹਿੰਦੀ ਲੈ ਜਾਓਗੇ ਤਾਂ ਕਿਹੜੀ ਗੱਲ, ਚਾਰ ਜੀ ਬਹਿ ਜਾਣਗੇ ਵਿੱਚ। ਚਲੋ ਅੱਛਾ ਹੁਣ ਮੇਰੀ ਗੱਲ ਸੁਣੋ, ਮਹਿੰਦੀ ਤੇ ਰੋਜ਼ ਤੇ ਨਹੀਂ ਨਾ ਜਾਣਾ? ਨਹੀਂ ਇੱਕੋ ਦਿਨ ਬਸ। ਹਾਂ ਇਹ ਨਾ ਹੋਵੇ ਰੋਜ਼ ਕਹੋ ਮਹਿੰਦੀ ਤੇ ਜਾਣਾ, ਨਹੀਂ ਇੱਕੋ ਦਿਨ ਜਾਣਾ ਭਾਅ। ਉਹ ਕੋਈ ਨਹੀਂ, ਸਾਡੀ ਭੈਣ ਹੈਗੀ ਲੈ ਜਾਵਾਂਗੇ। ਹਾਂ ਤੁਹਾਡੀ ਖੈਰ ਹੋਵੇ, ਜਿਉਂਦੇ ਰਹੋ ਤੇ ਤਾਏ ਨੂੰ ਨਹਿਰ ਤੋਂ ਚੁੱਕ ਲੈਣਾ, ਯਾਦ ਨਾ ਚੁੱਕ ਲਾਂਗਾ ਮੈਂ ਨਹਿਰ ਤੋਂ ਤਾਏ ਨੂੰ, ਕੋਈ ਨਹੀਂ ਵੈਸੇ ਚਲੋ ਮੈਂ ਤਾਏ ਨੂੰ ਵੀ ਲੈ ਲਾਂਗਾ ਜੀ। ਬੜੀ ਮਿਹਰਬਾਨੀ ਭਾਅ ਜੀ, ਅਗਰ ਵੇਖਣਾ ਤੁਸੀਂ ਰਾਤ ਨੂੰ ਰਿਕਸ਼ਾ ਬੂਹੇ ਅੱਗੇ ਲਿਆ ਕੇ ਖੜਾ ਕਰ ਲਓਗੇ, ਸੁਬਹਾ ਸੁੱਤੇ ਉੱਠੋਗੇ ਉਸੇ ਤਰ੍ਹਾਂ ਬੱਚੇ ਤੁਸੀਂ ਬਿਠਾਉਣੇ ਨੇ ਵਿੱਚ ਤੇ ਸਕੂਲ ਲਾਉਣ ਚਲੇ ਜਾਣਾ, ਇਹ 'ਚ ਮੇਰਾ ਖਿਆਲ ਕੋਈ ਐਸੀ ਗੱਲ ਨਹੀਂ ਹੈਗੀ। ਅੱਛਾ ਭਾਅ ਜੀ ਗੱਲਾਂ ਤੁਸੀਂ ਬਹੁਤ ਕਰ ਲਈਆਂ ਨੇ, ਮੈਨੂੰ ਇਹ ਦੱਸੋ ਕਿ ਮੈਂ ਕਿੱਦਣ ਤੋਂ ਨੌਕਰੀ ਹੈ ਸ਼ੁਰੂ ਕਰਨੀ ਹੈ? ਨੌਕਰੀ ਭਾਅ ਜੀ ਤੁਸੀਂ ਸਮਝੋ ਕਿ ਤੁਹਾਡੀ ਨੌਕਰੀ ਸ਼ੁਰੂ ਹੋਣੀ ਹੈ, ਮੇਰੇ ਬੱਚੇ ਮਾਸ਼ਾਅੱਲਾ ਹੋ ਗਏ ਨੇ ਕੋਈ 6 ਮਹੀਨੇ ਦੇ ਹੋ ਗਏ ਨੇ। ਹੈਂ? ਹਾਂ 6 ਮਹੀਨੇ ਦੇ ਹੋ ਗਏ ਨੇ, ਜਦੋਂ ਇਹ 2.5 ਸਾਲ ਦੇ ਹੋ ਜਾਣਗੇ, 3 ਸਾਲ ਦੇ ਹੋ ਜਾਣਗੇ, ਉਦੋਂ ਤੁਹਾਡੀ ਨੌਕਰੀ ਸ਼ੁਰੂ ਹੋ ਜਾਣੀ। ਉਹ ਤੇਰਾ ਦਿਮਾਗ ਠੀਕ ਹੈ, ਤੂੰ ਕਿਹੋ ਜਿਹੀਆਂ ਗੱਲਾਂ ਕਰਨ ਦੇ? ਉਹਨੀ ਦੇਰ ਤੁਸੀਂ ਤਾਇਆ ਨੂੰ ਆਈ ਜਾਓ ਤੇ ਫੁੱਫੀ ਨੂੰ ਛੱਡ ਦੇ, ਤੂੰ ਤਾਇਆ ਕਦੀ ਨੂੰ ਆ, ਕਦੀ ਫੁੱਫੀ ਨੂੰ ਲੈ ਕੇ ਆ, ਕਦੀ ਪੱਠੇ ਲੈ ਕੇ ਆ, ਕਦੀ ਬੱਕਰੇ, ਕਦੀ ਮਹਿੰਦੀ, ਤੂੰ ਪਾਗਲ ਤਾਂ ਨਹੀਂ ਹੈਗਾ ਕਿ? ਪਾਗਲ ਕੀ, ਮੈਂ ਭਾਅ ਜੀ ਚਾਹ ਨਾਲ ਸਾਬਣ ਖਾਣ ਡਿਆ, ਪਾਗਲ ਕੀ ਮੈਂ ਗੱਲ? ਚਾਹ ਨਾਲ ਸਾਬਣ ਖਾ ਮੇਰੇ ਵੱਲੋਂ, ਭਾਵੇਂ ਚਾਹ ਦੇ ਨਾਲ ਤੂੰ ਤਾਂ ਸਰਵ ਖਾ ਜਾ, ਮੈਨੂੰ ਨਹੀਂ ਇਸ ਗੱਲ ਨਾਲ ਕੋਈ ਨਹੀਂ ਤੇ ਇਹ ਗੱਲ ਕੀ ਤੁਹਾਡੀ ਨੌਕਰੀ ਲੱਗਣ ਡਈ, ਇਹ ਕਰੋ ਤੁਸੀਂ। ਉਹ ਮੈਂ ਲਾਨਤ ਪਾਉਣਾ ਇਹੋ ਜਿਹੀ ਨੌਕਰੀ ਤੇ, ਬੱਚੇ ਅਜੇ ਤੇਰੇ 6 ਮਹੀਨੇ ਦੇ ਨੇ। ਆਹੋ ਤੇ ਕੀ, ਮੈਂ ਇੰਨਾ ਅਰਸਾ ਤੇਰੇ ਘਰ ਦੇ ਆਲੇ ਦੁਆਲੇ ਚੱਕਰ ਕੱਢੀ ਜਾਵਾਂ? ਤੇ ਬੱਚੇ ਵੱਡੇ ਹੋ ਹੀ ਜਾਣੇ ਨੇ ਭਾਜੀ, ਜਦੋਂ ਵੱਡੇ ਹੋਣ ਉਦੋਂ ਤੁਸੀਂ ਸਕੂਲ ਛੱਡਣ ਚਲੇ ਜਾਓ। ਜਿਹੋ ਜਿਹਾ ਤੂੰ ਬੰਦਾ, ਮੈਨੂੰ ਲੱਗਦਾ ਤੇਰੇ ਬੱਚਿਆਂ ਨੇ ਵੱਡਾ ਹੋ ਕੇ ਮੇਰੇ ਰਿਕਸ਼ਾ ਹੀ ਖਾ ਜਾਣਾ। ਰਿਕਸ਼ਾ ਕਿਉਂ ਖਾ ਜਾਣਾ? ਰਿਕਸ਼ੇ ਨੂੰ ਵੇਸਣ ਲਾਇਆ ਤੁਸੀਂ? ਹਾਂ ਵੇਸਣ ਲਾਇਆ ਭਾਜੀ। ਪਤਾ ਕੀ, ਉਧਰੋਂ ਫੋਨ ਦੀ ਦੇਰ ਤੁਸੀਂ ਫੁੱਫੇ ਨੂੰ ਸਾਂਦੇ ਹੋ, ਚੁੱਕੋ ਸਾਂਦੇ ਹੋ, ਅੱਗ ਲੱਗੇ ਹੋ ਤੇਰੀ ਫੁੱਫੀ ਨੂੰ, ਤੇਰਾ ਤਾਇਆ ਕਿਤੇ ਡੁੱਬ ਕੇ ਮਰੇ ਹੋ ਤੂੰ? ਤਾਇਆ ਗੱਲ ਹੀ ਡੁੱਬ ਕੇ ਮਰੇ, ਨਹਾਉਣ ਡਿਆ ਉਹ ਵਿਚਾਰਾ? ਨਹਾਉਂਦੇ ਉਹਨੂੰ ਉੱਥੇ ਇੰਨਾ ਕਿਤੇ 2 ਸਾਲਾਂ ਬਾਅਦ ਨਹਾ ਰਿਹਾ ਉਹ? ਦੋ ਸਾਲਾਂ ਬਾਅਦ ਨਹੀਂ ਨਹਾਉਂਦਾ, ਰੋਜ਼ ਹੀ ਨਹਾਉਣ ਜਾਂਦਾ। ਜਾ ਯਾਰ ਮੇਰਾ ਦਿਮਾਗ ਨਾ ਖਰਾਬ ਕਰ, ਤੈਨੂੰ ਮੇਰਾ ਨੰਬਰ ਦਿੱਤਾ ਕਿੰਨੇ? ਆ ਨੰਬਰ ਤੇਰੇ ਰਿਕਸ਼ੇ ਦੇ ਪਿੱਛੇ ਲਿਖਿਆ, ਉੱਥੋਂ ਲਿਆ ਮੈਂ? ਇਹ ਮੈਂ ਖੁਰਚ ਦੇਣਾ ਅੱਜ ਜਿਹੜਾ ਤੂੰ ਨੰਬਰ ਉੱਥੋਂ ਨੋਟ ਕੀਤਾ? ਤੂੰ ਖੁਰਚ ਦੇਗੇ ਤਾਂ ਮੇਰੇ ਕੋਲ ਤਾਂ ਨਹੀਂ ਨਾ ਖੁਰਚਿਆ ਜਾਣਾ, ਮੇਰੇ ਤੇ ਕੋਲ ਹੀ ਨਾ ਨੰਬਰ ਹੈ। ਐਵੇਂ ਦਿਮਾਗ ਖਰਾਬ ਮੇਰਾ ਕਰਨ ਡਿਆ? ਦਿਮਾਗ ਖਰਾਬ ਕਾਹਦਾ ਕਰਨ ਡਿਆ ਯਾਰ, ਮੈਂ ਪੈਸੇ ਦੇਣ ਡਿਆ ਤੈਨੂੰ ਭਾਈ? ਉਹ ਮੈਂ ਅੱਗ ਲਾਉਣਾ ਇਹੋ ਜਿਹੇ ਪੈਸਿਆਂ ਨੂੰ? ਇੰਨੇ ਪੈਸਿਆਂ 'ਚ ਕੌਣ ਬੰਦਾ ਇੰਨੇ ਕੰਮ ਕਰਦਾ? ਤੂੰ ਪੈਸਿਆਂ ਨੂੰ ਅੱਗ ਲਾਏਂਗਾ, ਹਕੂਮਤ ਨੇ ਉਂਝ ਤੈਨੂੰ ਫੜ ਕੇ ਅੰਦਰ ਕਰ ਦੇਣਾ। ਮੈਂ ਹਕੂਮਤ ਨੂੰ ਦੇਖ ਲਵਾਂਗਾ ਅੱਗੇ, ਕਿਹੜਾ ਹਕੂਮਤ ਚੌਂਸੇ 'ਚ ਪਾਉਣ ਡਈ ਇੱਥੇ? ਚੌਂਸੇ 'ਚ ਪਾਉਣ ਡਈ ਹੈ ਤੂੰ ਯਾਰ? ਮਜ਼ਦੂਰ ਆਦਮੀ ਹੈ ਤੂੰ, ਮੇਰਾ ਦਿਮਾਗ ਖਰਾਬ ਕਰ। ਘਰ ਬੈਠਿਆਂ ਤੁਹਾਨੂੰ ਕੰਮ ਦੇਣ ਡੇ ਤੇ ਤੁਹਾਨੂੰ ਇੱਜ਼ਤ ਰਾਸ ਨਹੀਂ ਆਉਣ ਡਈ ਯਾਰ? ਕੰਮ ਮੈਨੂੰ ਉਹ ਦੇ ਬੱਚੇ ਤੇਰੇ 6 ਮਹੀਨੇ ਦੇ ਨੇ। ਆਹੋ ਤੇ ਵੱਡੇ ਹੋਣਗੇ ਤੇ ਫੇਰ ਤੂੰ ਮੈਨੂੰ ਟੈਲੀਫੋਨ ਕਰ ਲਾ ਵੀ ਮੇਰਾ ਦਿਮਾਗ ਕਿਉਂ ਚੱਟ ਰਹੇ ਆ? ਤੇ ਫੇਰ ਹੀ ਤੂੰ ਸਕੂਲ ਲੈ ਕੇ ਜਾਣਾ ਉਹਨੂੰ, 6 ਮਹੀਨੇ ਤੇ ਬੱਚੇ ਸਕੂਲ ਭੇਜਦਾ, ਉਹ ਤੇ ਰੋਂਦੇ ਰਹਿਣ, ਕੌਣ ਜ਼ਿੰਮੇਦਾਰ ਹੈ ਫਿਰ? ਹੁਣ ਮੇਰੀ ਇੱਕ ਗੱਲ ਸੁਣ ਲਾ, ਅਗਰ ਟੈਲੀਫੋਨ 'ਚ ਇਹੋ ਜਿਹਾ ਸਿਸਟਮ ਹੁੰਦਾ ਨਾ, ਮੈਂ ਹੱਥ ਕੱਢ ਕੇ ਤੇਰੇ ਮੂੰਹ ਤੇ ਥੱਪੜ ਮਾਰ ਦੇਣਾ ਸੀ। ਉਹ ਤੂੰ ਐਵੇਂ ਥੱਪੜ ਮਾਰਨਾ, ਬਦਤਮੀਜ਼ੀ ਦੀ ਲੋੜ ਕੋਈ ਨਹੀਂ ਭਾਈ ਜੀ, ਇੱਥੇ ਅਸੀਂ ਵੀ ਇੱਜ਼ਤਦਾਰ ਬੰਦੇ ਆ, ਥੱਪੜ ਕਾਹਦੇ ਲਈ ਮਾਰਨਾ ਤੁਸੀਂ? ਓਏ ਆਹੋ ਤੇ ਬਦਤਮੀਜ਼ੀ ਤੂੰ ਗੱਲ, ਤੁਸੀਂ ਭਾਅ ਜੀ ਮੈਂ ਤੁਹਾਡਾ ਰਿਕਸ਼ਾ ਨਹੀਂ ਲਵਾਉਣਾ, ਮੇਰੇ ਪੈਸੇ ਦਿਓ, ਵਾਪਸ ਕਰੋ ਤੁਸੀਂ। ਕਿਹੜੇ ਪੈਸੇ? ਆ ਮੇਰੇ ਤਾਏ ਨੂੰ ਮੈਨੂੰ ਨਹਿਰ ਤੇ ਲਾ ਕੇ ਆਇਆ, ਉਹਨੂੰ ਲੈ ਕੇ ਆ ਪਹਿਲਾਂ, ਮੈਂ ਨਹੀਂ ਜਾਣਾ। ਉਹ ਮੈਂ ਨਹੀਂ ਜਾਣਾ ਕਿਤੇ ਵੀ, ਤਾਏ ਫੁੱਫੀ ਮੇਰੀ ਨੂੰ ਛੱਡ ਕੇ ਆਇਆ, ਉਹਨੂੰ ਵੀ ਲੈ ਕੇ ਆ ਸਾਂਦੇ ਹੋ ਇੱਥੇ? ਓਏ ਅਜੇ ਗੱਲਾਂ ਹੋ ਰਹੀਆਂ ਨੇ, ਉਹ ਗੱਲਾਂ ਕੀ ਹੋਣ ਡੀਆਂ? ਤੁਹਾਨੂੰ ਕਿਹਾ 7 ਮਹੀਨੇ ਦਾ ਐਡਵਾਂਸ ਤੁਹਾਨੂੰ ਮੈਂ ਦਿੱਤਾ, ਪੈਸੇ ਮੇਰੇ ਵਾਪਸ ਕਰ ਤੂੰ। ਕਿਹੜੇ ਪੈਸੇ ਜਾਦੂ ਵਾਲੇ ਦੇ? ਤੁਸੀਂ ਕਿਹਾ ਨਹੀਂ ਮੈਨੂੰ ਕਿੰਨੇ ਮਹੀਨੇ ਦਾ ਐਡਵਾਂਸ, ਮੈਂ ਤੁਹਾਨੂੰ ਕਿਹਾ 7 ਮਹੀਨੇ ਦਾ ਐਡਵਾਂਸ, ਮੈਂ ਤੁਹਾਨੂੰ ਕਿਹਾ ਹੀ ਨਾ? ਨਹੀਂ ਤੇ ਤੂੰ ਮੈਂ ਕਹਿ ਦਿੱਤਾ ਤੇ ਪੈਸੇ ਤੁਹਾਨੂੰ ਆ ਗਏ? ਓ ਯਾਰ ਤੂੰ ਮੈਨੂੰ ਇਹ ਦੱਸ, ਤੂੰ ਕਿਤੇ ਪਾਗਲਖਾਨੇ ਤੋਂ ਤਾਂ ਨਹੀਂ ਆਇਆ? ਪਾਗਲਖਾਨੇ ਤੋਂ ਕਿਉਂ ਆਇਆ ਯਾਰ, ਕੀ ਹੋਇਆ ਮੈਨੂੰ ਪਾਗਲਖਾਨੇ ਤੋਂ? ਮਤਲਬ ਮੈਂ ਕਿ ਕੰਧ 'ਚ ਸਿਰ ਮਾਰਨ ਡਿਆ ਤੁਹਾਡੇ ਸਾਹਮਣੇ? ਉਹ ਮੇਰੇ ਵੱਲੋਂ ਕੰਧ 'ਚ ਸਿਰ ਮਾਰ, ਮੇਰੇ ਵੱਲੋਂ ਤਾਏ ਨੂੰ ਟੱਕਰ ਮਾਰ। ਉਦੋਂ ਭਾਈ ਮੈਂ ਲਿਜਾਣੇ ਨਹੀਂ, ਰਿਕਸ਼ਾ ਹੀ ਨਹੀਂ ਚਾਹੀਦਾ ਮੈਂ, ਹੋਰ ਰਿਕਸ਼ੇ ਵਾਲੇ ਬੜੇ ਨੇ, ਮੇਰੇ ਪੈਸੇ ਤੂੰ ਵਾਪਸ ਕਰ। ਮੈਨੂੰ ਪੈਸੇ ਤੂੰ ਮੈਨੂੰ ਦਿੱਤਾ ਹੀ ਨਹੀਂ, ਕਿਹੜੇ ਤੈਨੂੰ ਦਵਾਂ ਯਾਰ? ਲੇਲੇ ਲਤਾਏ ਨੇ ਉਹ ਵੀ, ਤੂੰ ਦਫ਼ਤਰ ਨਹੀਂ ਲਾਇਓ, ਪਤਾ ਨਹੀਂ ਕਿੱਥੇ ਲੈ ਗਏ ਉਹ ਵੀ, ਵਾਪਸ ਕਰ ਮੇਰੇ ਲੇਲੇ। ਮੈਂ ਤੇਰੇ ਲੇਲਿਆਂ ਦੀਆਂ ਜ਼ੁਬਾਨਾਂ ਵੜ ਦੇਣੀਆਂ ਨੇ, ਬੈ ਬੈ ਨਹੀਂ ਕਰਨਗੇ, ਇਸ਼ਾਰਿਆਂ ਨਾਲ ਤੈਨੂੰ ਕਹਿਣਗੇ ਮੈਨੂੰ ਪੱਠੇ ਪਾ ਸੁਣੇ ਆ, ਖਾਨਾ ਖਰਾਬ ਜਿਹਾ, ਪਤਾ ਨਹੀਂ ਕਿੱਥੋਂ ਬੰਦ ਕਰ ਫੋਨ, ਬੇੜੇ ਗਰਕ ਮੇਰੇ ਕਰਨ ਤੁਰੇ ਆ ਤੂੰ, ਐਡਾ ਰਕਸ਼ਾ ਮਾਲਕ ਦੇਖੋ ਜੀ ਤੂੰ, ਬੱਚੇ ਲੈ ਕੇ ਜਾਣੇ 6 ਮਹੀਨੇ ਦੇ ਤੇਰੇ ਬੱਚੇ ਨੇ, ਤੇਰੇ ਬੱਚੇ ਮੈਂ 6 ਮਹੀਨੇ ਦੇ ਉਹਨਾਂ 'ਚ ਮੂੰਗਰੇ ਪਾ ਕੇ ਖਾ ਜਾਣੇ, ਤੂੰ ਮੈਨੂੰ ਜਾਣਦਾ ਨਹੀਂ, ਖਾਨਾ ਖਰਾਬ ਦਾ ਪੁੱਤਰ। ਅੱਗੋਂ ਹੁਣ ਬਕਵਾਸ ਕਰੀ, ਮੈਂ ਤੁਹਾਨੂੰ ਦੱਸਾਂ ਮੈਂ ਰਕਸ਼ਾ ਦੂਰੋਂ ਲਿਆ ਕੇ ਨਾ ਤਾਂ ਮੈਂ ਤੇਰੇ ਗੇਟ 'ਚ ਮਾਰਨਾ ਹੀ, ਖਾਨਾ ਖਰਾਬ ਦਾ ਬੱਚਾ।
ਕੌਣ ਹੈਗਾ ਤੈਨੂੰ ਨੰਬਰ ਕਿਲੇ ਦਿੱਤਾ ਮੇਰਾ ਭਾਜੀ ਤੁਹਾਡੇ ਰਿਕਸ਼ੇ ਦੇ ਪਿੱਛੇ ਤੁਹਾਡਾ ਨੰਬਰ ਲਿਖਿਆ ਸੀ ਉਹੀ ਲਿਆ ਮੈਂ ਰਿਕਸ਼ਾ ਅੱਜ ਕੱਲ੍ਹ ਮੈਂ ਸੁੱਟ ਦੇਣਾ ਕਿਤੇ ਰਿਕਸ਼ਾ ਦੂਰ ਜਾ ਕੇ ਅਸੀਂ ਕਿਸੇ ਨਾਲ ਮਜ਼ਾਕ ਨਹੀਂ ਕਿਸੇ ਦਾ ਉਡਾਈ ਦਾ ਮਜ਼ਦੂਰ ਆਦਮੀ ਹੁੰਦਾ ਅਗਲਾ ਆਪਾਂ ਅੱਜ ਮਜ਼ਾਕ ਨਹੀਂ ਕਰਨ ਦੇ ਤੁਸੀਂ ਤਾਂ ਐਵੇਂ ਗੱਲ ਨੂੰ ਸੀਰੀਅਸ ਲੈ ਲਿਓ 6 ਮਹੀਨੇ ਦੇ ਬੱਚੇ ਨੇ ਕੱਲ੍ਹ ਜਵਾਨ ਹੋ ਜਾਣੇ ਨੇ ਬੱਚੇ ਤੁਹਾਨੂੰ ਪਤਾ ਕਿਵੇਂ ਵੱਧਦੇ ਨੇ ਤਰੇਕਾਂ ਵਾਂਗੂ ਬੱਚੇ ਵੱਧਦੇ ਨੇ ਤੂੰ ਮੇਰਾ ਭਰਾ ਇੰਜ ਕਰੋ 6 ਮਹੀਨੇ ਦੇ ਬੱਚੇ ਨੇ ਨਾ ਹਾਂ ਉਹਨਾਂ ਨੂੰ ਸਕੂਲ ਹੁਣੇ ਹੀ ਭੇਜ ਦੇ ਹਾਂ ਤੇ ਫਿਰ ਮੈਂ 6 ਮਹੀਨੇ ਦੇ ਬੱਚੇ ਸਕੂਲ ਤੁਸੀਂ ਫਿਰ ਉੱਥੇ ਬੈਠੇ ਰਹੋਗੇ ਮੈਂ ਨਹੀਂ ਨਾ ਬਹਿਣਾ ਤੂੰ ਆਪ ਛੱਡ ਕੇ ਆ ਬੱਚੇ ਤੇਰੇ ਉੱਥੇ ਹੀ ਪੜਨ ਉੱਥੇ ਹੀ ਮਿਸਾਂ ਉਹਨਾਂ ਨੂੰ ਫੀਡਰ ਬਣਾ ਕੇ ਦੇਣ ਅੱਛਾ ਜਵਾਨ ਹੁੰਦੇ ਹੀ ਬੱਚੇ ਤੇਰੇ ਪੜਨਾ ਸ਼ੁਰੂ ਕਰ ਦੇਣ ਯਾਨੀ ਉਹ ਰਹਿਣ ਹੀ ਉੱਥੇ ਹੈਨਾ ਆਹੋ ਬਹੁਤ ਅੱਛੇ ਬੜੀ ਗੱਲ ਤੁਸੀਂ ਰਿਕਸ਼ੇ 'ਚ ਫਿਰੀ ਜਾਓ ਉਹ ਉੱਥੇ ਹੀ ਰਹਿਣ ਵਿਚਾਰੇ ਉਹ ਮੇਰੇ ਰਿਕਸ਼ੇ ਨਾਲ ਤੈਨੂੰ ਕੀ ਤਕਲੀਫ ਹੈ ਉਹ ਭਾਈ ਤੂੰ ਕੌਣ ਹੈਗਾ ਚੱਲ ਮੇਰਾ ਤਾਇਆ ਤੇ ਨਹਿਰ 'ਚੋਂ ਲੈ ਕੇ ਆ ਨਾ ਜਿਹਨੂੰ ਛੱਡ ਕੇ ਆਇਆ ਉਹਨੂੰ ਤੇ ਲਿਆ ਨਾ ਫੜ ਕੇ ਪਾਣੀ ਤੇਜ਼ ਹੋਵੇ ਤੇਰਾ ਤਾਇਆ ਕਿਤੇ ਛਦਰਿਓਂ ਲੱਭੇ ਜਾ ਕੇ ਤੈਨੂੰ ਉਹ ਖਾਣਾ ਖਰਾਬ ਦਿਆ ਬੱਚੇ ਆ ਨਹੀਂ ਮਤਲਬ ਚਲੋ ਮੇਰੀ ਫੁੱਫੀ ਨੂੰ ਤਾਂ ਵਾਪਸ ਲਾਇਆ ਉਹ ਗਈ ਹੈ ਸੰਦੇ ਉਹਨੂੰ ਛੱਡ ਕੇ ਆਇਆ ਤੂੰ ਸੁਣ ਆਪਣੀ ਮਰਜ਼ੀ ਨਾਲ ਗਈ ਆਪੇ ਹੀ ਆਏਗੀ ਉਹ ਤੇਰਾ ਖਾਣਾ ਖਰਾਬ ਮੈਂ ਕਿੱਥੇ ਛੱਡ ਕੇ ਆਇਆ ਸੰਦੇ ਭੇਜਣ ਡਿਆ ਫੁੱਫੀ ਨੂੰ ਉੱਥੇ ਤਾਂ ਬੰਦਾ ਨਹੀਂ ਜਾਂਦਾ ਤੂੰ ਫੁੱਫੀਆਂ ਭੇਜਣ ਡਿਆ ਸੰਦੇ ਤੇਰਾ ਬੇੜਾ ਤਰ ਜੇ ਖਾਣਾ ਖਰਾਬ ਹੋ ਜੇ ਬੈਠਾ ਹੋਵੇ ਤੇਰਾ ਮਕਾਨ ਤੇਰੇ ਉੱਤੇ ਡਿੱਗ ਪਵੇ ਤੇਰੇ ਬੱਚੇ 6 ਮਹੀਨੇ ਦੇ ਛੋਟੇ ਛੋਟੇ ਹੱਥਾਂ ਨਾਲ ਤੈਨੂੰ ਥੱਪੜ ਮਾਰਨ ਖਾਣਾ ਖਰਾਬ ਦਾ ਬੱਚਾ ਤੇਰੀ ਫੁੱਫੀ ਮੰਨੇ ਹੀ ਨਾ ਤੂੰ ਮੇਰਾ ਕੁਛ ਲੱਗਣਾ ਹੈ ਤੇਰੇ ਤਾਏ ਦਾ ਬੇੜਾ ਗਰਕ ਹੋ ਜਾਏ ਤੇ ਬੱਕਰੇ ਤੇ ਲਿਆ ਨਾ ਬੱਕਰੇ ਜਿਹੜੇ ਲੱਦੇ ਨੇ ਉਹ ਦਫਾ ਮਾਰ ਪਰੇ ਬੱਕਰਿਆਂ ਨੂੰ ਤੇਰੇ ਬੱਕਰੇ ਤੇਰੇ ਨਾਲ ਗੱਲਾਂ ਕਰਦੇ ਨੇ ਏਡਾ ਤੂੰ ਸ਼ੋਖਾ ਕਿਤੇ ਉਹ ਭਾਈ ਜੀ ਤੁਸੀਂ ਤਾਂ ਐਵੇਂ ਜਜ਼ਬਾਤੀ ਹੋਣ ਡੇ ਮੇਰੇ ਕੋਲ ਪੈਸੇ ਵੀ ਲੈ ਲੈਣੇ ਬੱਕਰੇ ਵੀ ਨਹੀਂ ਤਾਇਆ ਨਹਿਰ ਤੇ ਛੱਡ ਆਏ ਫੁੱਫੀ ਮੇਰੀ ਸਾਂਦੇ ਛੱਡ ਆਏ ਉਹ ਤੇਰੇ ਪੈਸਿਆਂ ਨੂੰ ਅੱਗ ਲੱਗੇ ਉਹ ਤੇਰਾ ਤਾਇਆ ਰੋੜ ਜੇ ਕਿਤੇ ਉਹ ਤੇਰੀ ਫੁੱਫੀ ਬੋਲਣ ਜੋਗੀ ਨਾ ਰਵੇ ਓਏ ਉਹ ਤੇਰੇ ਬੱਚੇ 6 ਮਹੀਨੇ ਦੇ ਜਿਹੜੇ ਉੱਥੇ ਚੁੱਪ ਹੋ ਜਾਣ ਤੇਰੇ ਬੱਕਰਿਆਂ ਦੇ ਵਿੱਚ ਕੀ ਮਾਰਾਂ ਮੈਂ ਸੰਡਾ ਮਾਰਾਂ ਤੇਰੇ ਬੱਕਰਿਆਂ ਦੇ ਵਿੱਚ ਖਾਣਾ ਖਰਾਬ ਦਿਆ ਬੱਚੇ ਆ ਪਤਾ ਨਹੀਂ ਕਿੱਥੋਂ ਦਿਮਾਗ ਖਰਾਬ ਕਰ ਲਈਏ ਲੋਕ ਆ ਜਾਂਦੇ ਨੇ ਉਹ ਤੁਸੀਂ ਭਾਜੀ ਐਵੇਂ ਗੱਲ ਵਧਾਉਣ ਡੇ ਮੇਰਾ ਖਿਆਲ ਸੁਬਾ ਨਾਸ਼ਤਾ ਨਹੀਂ ਕੀਤਾ ਤੁਸੀਂ ਮੇਰੇ ਨਾਲ ਲੜਨਾ ਸ਼ੁਰੂ ਮੈਂ ਨਾਸ਼ਤਾ ਕਰਾਂ ਜਾਂ ਨਾ ਕਰਾਂ ਮੈਨੂੰ ਦੱਸੋ ਪਹਿਲਾਂ ਤੂੰ ਉਹ ਤੂੰ ਭਾਈ ਫੇ ਮੇਰੇ ਪੈਸੇ ਵਾਪਸ ਕਰ ਪੈਸੇ ਤੂੰ ਮੈਨੂੰ ਕਿਹੜੇ ਦਿੱਤੇ ਨੇ ਆ ਮੇਰੀ ਤੇਰੀ ਗੱਲ ਨਹੀਂ ਹੋਈ ਉਹ ਬੰਦ ਕਰੋ ਫੋਨ ਕੋਈ ਨਹੀਂ ਬੰਦ ਕਿਉਂ ਕਰਾਂ ਮੈਂ ਗੱਲ ਕੀਤੀ ਪੈਸੇ ਦਿਓ ਮੇਰੇ ਵਾਪਸ ਕਰ ਮੈਂ ਤੈਨੂੰ ਇੱਕ ਗੱਲ ਦੱਸਾਂ ਤੂੰ ਅਗਰ ਮੈਨੂੰ ਤੇਰੇ ਐਡਰੈਸ ਦਾ ਪਤਾ ਚੱਲ ਗਿਆ ਨਾ ਮੈਂ ਇਸ ਤੋਂ ਪਹਿਲਾਂ ਬਦਮਾਸ਼ੀ ਵੀ ਕਰਦਾ ਰਿਹਾ ਅੱਛਾ ਜੀ ਰਕਸ਼ਾ ਮਜਬੂਰੀ ਨਾਲ ਮੈਂ ਚਲਾ ਰਿਹਾ ਸੁਣਿਆ ਅੱਛਾ ਮੈਂ ਬੰਦਾ ਮਾਰ ਦਿੰਦਾ ਹੁੰਦਾ ਸੀ ਛੋਟੀ ਜਿਹੀ ਗੱਲ ਤੋਂ ਮੇਰੀ ਫੁੱਫੀ ਤੇ ਲਿਆ ਨਾ ਫਿਰ ਤੇਰੀ ਫੁੱਫੀ ਵੀ ਮਾਰ ਦਿਆਂਗਾ ਮੈਂ ਚੁੱਪ ਕਰ ਜਾ ਓਏ ਤਾਇਆ ਜਿਹੜਾ ਨਹਿਰ ਤੇ ਛੱਡਿਆ ਤੇਰੇ ਤਾਏ ਦਾ ਬੇੜਾ ਗਰਕ ਹੋ ਜਾਏ ਤੇਰੇ ਤਾਏ ਨੇ ਵੀ ਮੈਨੂੰ ਤਾਇਆ ਤੇ ਤੂੰ ਵੀ ਮੈਨੂੰ ਤਾਇਆ ਹੈ ਤੇਰੇ ਤਾਏ ਦਾ ਮੈਂ ਬੇੜਾ ਗਰਕ ਤੇਰੇ ਤਾਏ ਦਾ ਹੋ ਜਾਏ ਭਾਜੀ ਉਹ ਭਾਜੀ ਮਾਫ ਕਰਨਾ ਹਾਂ ਮੈਂ ਤਾਂ ਪਾਇਆ ਨੇ ਸੌਰੀ ਮਾਫੀ ਚਾਹੁੰਦੇ ਆ ਮਾਫੀ ਚਾਹੁੰਦੇ ਆ ਭਾਜੀ ਮੈਂ ਸਖਾਵਤ ਨਾਜ਼ ਅਫੀਸ਼ੀਅਲ ਤੋਂ ਸਖਾਵਤ ਨਾਜ਼ ਤੁਹਾਡੇ ਨਾਲ ਗੱਲ ਕਰ ਰਿਹਾ ਉਹ ਭਾਜੀ ਤੁਹਾਨੂੰ ਐਵੇਂ ਥੋੜ੍ਹਾ ਜਿਹਾ ਸਤਾਉਣ ਵਾਸਤੇ ਤੁਹਾਡਾ ਮਜ਼ਾ ਲੈਣ ਵਾਸਤੇ ਗੱਲ ਕੀਤੀ ਹੈ ਮਾਫ ਕਰ ਦੇਣਾ ਅਗਰ ਕੋਈ ਗੱਲ ਬੁਰੀ ਲੱਗੀ ਹੋਵੇ ਯਾਰ ਇੰਜ ਨਹੀਂ ਕਰੀਦਾ ਹੁੰਦਾ ਮੇਰਾ ਭਰਾ ਮੈਂ ਗਾਲ ਕੋ ਕੱਢ ਦਿੰਦਾ ਤਾਂ ਫਿਰ ਕਿੱਡੀ ਬੁਰੀ ਗੱਲ ਹੈ ਤੂੰ ਐਡਾ ਅੱਛਾ ਫਨਕਾਰ ਹੈ ਤਾਂ ਇਸ ਤਰ੍ਹਾਂ ਨਹੀਂ ਖਜਾਈਦਾ ਹੁੰਦਾ ਨਹੀਂ 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 ਫੋਨ ਤੇ ਗਾਲ ਨਿਕਲਣੀ ਚਾਹੀਦੀ ਇਹ ਵੀ ਅਸੀਂ ਨਾਜ਼ਰੀਨ ਨੂੰ ਇੱਕ ਮਤਲਬ ਦੱਸਣੀ ਹੈ ਕਿਉਂਕਿ ਫੋਨ ਤੇ ਗੱਲ ਕਰ ਰਿਹਾ ਉਹਨੂੰ ਗਾਲ ਨਹੀਂ ਕੱਢੀ ਦੀ ਹੋ ਸਕਦਾ ਰਿਕਾਰਡਿੰਗ ਹੋ ਰਹੀ ਹੋਵੇ ਮੈਂ ਇਸ ਵਾਸਤੇ ਤੁਹਾਨੂੰ ਬਗੈਰ ਦੱਸਣ ਤੋਂ ਰਿਕਾਰਡਿੰਗ ਕੀਤੀ ਹੈ ਕਿ ਇਹ ਜਿਹੜੀ ਹੈ ਤੁਹਾਡੀ ਅਚਾਨਕ ਗੱਲਾਂ ਨਿਕਲਣਗੀਆਂ ਉਹਦੇ ਲੋਕ ਮਜ਼ਾ ਵੀ ਲੈਣਗੇ ਤੇ ਮੈਂ ਅੱਗੇ ਡਰ ਰਿਹਾ ਭਾਜੀ ਇੱਕ ਬਜ਼ੁਰਗ ਆਦਮੀ ਵਿੱਚ ਬਹਿ ਗਿਆ ਮੈਂ ਕਿਹਾ ਕਿੱਥੇ ਜਾਣਾ ਕਹਿੰਦਾ ਅਗਲੇ ਜਹਾਨ ਮੈਂ ਉਦੋਂ ਤਾਂ ਡਰਿਆ ਹੈਗਾ ਮੈਂ ਇਸ ਲਈ ਬਹੁਤ ਮਿਹਰਬਾਨੀ ਭਾਈ ਕੋਈ ਗੱਲ ਤੁਹਾਡੀ ਬੁਰੀ ਸਾਡੀ ਕੋਈ ਗੱਲ ਤੁਹਾਨੂੰ ਬੁਰੀ ਲੱਗੀ ਹੋਵੇ ਤੇ ਮਾਫ ਕਰ ਦੇਣਾ ਤੁਸੀਂ ਸਖਾਵਤ ਨਾਜ਼ ਅਫੀਸ਼ੀਅਲ ਚੈਨਲ ਤੇ ਗੱਲ ਕਰ ਰਹੇ ਸੋ ਮੈਂ ਸਖਾਵਤ ਨਾਜ਼ ਬੋਲ ਰਿਹਾ ਖਬਰ ਤਿੰਨੋ ਤਰਾਤ ਇਹ ਸੀ ਅੱਜ ਦੀ ਕਾਲ ਮੈਨੂੰ ਯਕੀਨ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਾਲ ਵੀ ਪਸੰਦ ਆਏਗੀ ਇਨਸ਼ਾਅੱਲਾ ਸਖਾਵਤ ਨਾਜ਼ ਫਿਰ ਤੁਹਾਡੇ ਨਾਲ ਸਾਹਮਣੇ ਕਿਸੇ ਹੋਰ ਕਾਲ 'ਚ ਹਾਜ਼ਰ ਹੋਏਗਾ ਉਸ ਵੇਲੇ ਤੱਕ ਸਖਾਵਤ ਨਾਜ਼ ਅਫੀਸ਼ੀਅਲ 'ਚੋਂ ਸਖਾਵਤ ਨਾਜ਼ ਨੂੰ ਇਜਾਜ਼ਤ ਦਿਓ ਅੱਲਾ ਹਾਫਿਜ਼।